ਅਸਲਾਮ ਅਲੈਕੁਮ, ਮੈਂ ਸ਼ੈਫ ਮਦੀਹਾ ਫੈਸਲ ਵੈਲਕਮ ਕਰਦੀ ਹਾਂ ਤੁਹਾਨੂੰ ਆਪਣੇ ਚੈਨਲ ਮਿਰਚੀ ਟੇਸਟ ਆਫ ਫੂਡ 'ਚ, ਔਰ ਉਮੀਦ ਕਰਦੀ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ। ਅੱਜ ਮੈਂ ਤੁਹਾਡੇ ਲਈ ਜੈਮ ਦੀ ਰੈਸਿਪੀ ਲੈ ਕੇ ਆਈ ਹਾਂ, ਜਿਸ ਤਰ੍ਹਾਂ ਕਿ ਹੁਣ ਜਿਹੜਾ ਨਾ ਸੀਜ਼ਨ ਅੰਬ ਦਾ ਆ, ਔਰ ਪੱਕੇ ਅੰਬ ਵੀ ਆਸਾਨੀ ਨਾਲ ਮਿਲ ਜਾਂਦੇ ਆ ਔਰ ਕੱਚੇ ਅੰਬ ਵੀ, ਔਰ ਬਹੁਤ ਸਾਰੇ ਮੇਰੇ ਭੈਣ ਭਰਾ ਇੱਦਾਂ ਦੇ ਆ ਜਿਨ੍ਹਾਂ ਨੇ, ਮੇਰੀਆਂ ਭੈਣਾਂ ਜਿਨ੍ਹਾਂ ਨੇ ਅੰਬ ਦਾ ਅਚਾਰ ਜਿਹੜਾ ਨਾ ਡਾਲ ਕੇ ਰੱਖ ਵੀ ਲਿਆ ਉਹਨਾਂ, ਕਿਉਂਕਿ ਸਾਵਨ ਭਾਦੋ ਤੋਂ ਪਹਿਲੇ ਅਚਾਰ ਡਾਲੀਦਾ ਜਾਂ ਫਿਰ ਉਸਦੇ ਬਾਅਦ ਦੇ ਵਿੱਚ, ਅਤੇ ਇਸ ਲਈ ਜਿਹੜਾ ਨਾ ਬਹੁਤ ਸਾਰੇ ਲੋਕਾਂ ਨੇ ਪਹਿਲੀ ਅਚਾਰ ਡਾਲ ਲਿਆ ਆ। ਲੇਕਿਨ ਅਚਾਰ ਤੋਂ ਇਲਾਵਾ ਵੀ ਜਿਹੜਾ ਨਾ ਅਸੀਂ ਕੱਚੇ ਅੰਬਾਂ ਦੀਆਂ ਬਹੁਤ ਸਾਰੀ ਚੀਜ਼ਾਂ ਬਣਾ ਕੇ ਰੱਖ ਸਕਦੇ ਹਾਂ ਜਿਹੜੀਆਂ ਕਾਫੀ ਮਹੀਨੇ ਚੱਲ ਜਾਂਦੀਆਂ। ਜਿੱਦਾਂ ਤੁਸੀਂ ਦੇਖ ਰਹੇ ਕਿ ਅੱਜ ਜਿਹੜਾ ਨਾ ਮੈਂ ਜੈਮ ਦੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ, ਇਤਨੀ ਟੇਸਟੀ ਔਰ ਮਜ਼ੇਦਾਰ ਜੈਮ ਘਰ ਤੁਸੀਂ ਤਿਆਰ ਕਰ ਸਕਦੇ ਅੰਬ ਦਾ, ਕਿਉਂਕਿ ਅੱਜ ਕੱਲ੍ਹ ਸੀਜ਼ਨ ਆ ਔਰ ਆਸਾਨੀ ਦੇ ਨਾਲ ਜਿਹੜੇ ਨਾ ਅੰਬ ਮਿਲ ਜਾਂਦੇ ਆ। ਔਰ ਜਿਹੜੀ ਮੇਰੀ ਭੈਣਾਂ ਨੂੰ ਅੰਬ ਦਾ ਅਚਾਰ ਨਹੀਂ ਡਾਲਣਾ ਆਉਂਦਾ, ਉਹ ਮੇਰੇ ਚੈਨਲ ਤੋਂ ਜਾ ਕੇ ਰੈਸਿਪੀ ਦੇਖ ਸਕਦੇ ਕਿ ਕਿਸ ਤਰ੍ਹਾਂ ਅਸੀਂ ਅਚਾਰ ਡਾਲ ਕੇ ਅਤੇ ਸਾਰਾ ਸਾਲ ਲਈ ਪ੍ਰੀਜ਼ਰਵ ਕਰ ਸਕਦੇ ਹਾਂ ਅਚਾਰ ਨੂੰ। ਅਤੇ ਹੁਣ ਅਸੀਂ ਜਿਹੜਾ ਨਾ ਜੈਮ ਬਣਾਉਣਾ ਸਟਾਰਟ ਕਰਦੇ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਸਭ ਤੋਂ ਪਹਿਲੇ 1 ਕੇਜੀ ਅੰਬ ਲਏ ਆ, ਲੈ ਕੇ ਅਤੇ ਇਹਨਾਂ ਨੂੰ ਮੈਂ ਗੁਟਲੀਆਂ ਨਿਕਾਲ ਲਈਆਂ, ਛਿੱਲ ਲਿਆ ਛਿੱਲ ਕੇ, ਔਰ ਬਾਰੀਕ ਬਾਰੀਕ ਅੰਬਾਂ ਦੇ ਜਿਹੜੇ ਨਾ ਪੀਸ ਇਸ ਤਰੀਕੇ ਦੇ ਨਾਲ ਕੱਟ ਲਏ, ਔਰ ਉਸ ਤੋਂ ਬਾਅਦ ਕੜਾਹੀ ਲੈ ਕੇ ਉਹਦੇ ਵਿੱਚ ਪਾਣੀ ਡਾਲਣਾ ਆ, 2 ਗਲਾਸ ਪਾਣੀ ਐਡ ਕਰਕੇ ਢੱਕਣ ਦੇ ਕੇ ਅਤੇ ਹਲਕੀ ਆਂਚ ਦੇ ਉੱਤੇ ਜਿਹੜਾ ਨਾ ਇਹਨੂੰ ਮੈਂ ਪਕਾ ਲਿਆ ਸੀ, ਗਲਾ ਲਿਆ ਸੀ। ਔਰ ਅਗਰ ਤੁਸੀਂ ਜ਼ਰਾ ਜਲਦੀ ਬਣਾਉਣਾ ਚਾਹੁੰਦੇ ਹੋ, ਇਸ ਤੋਂ ਵੀ ਜ਼ਿਆਦਾ ਜਲਦੀ ਅਤੇ ਹਲਕਾ ਜਿਹਾ ਜਿਹੜਾ ਨਾ ਇਹਨੂੰ ਪ੍ਰੈਸ਼ਰ ਲਗਾ ਕੇ ਅਤੇ ਉਹਦੇ ਵਿੱਚ ਗਲਾ ਲੈਣਾ, ਕਿਉਂਕਿ ਮਕਸਦ ਸਾਡਾ ਜਿਹੜਾ ਨਾ ਅੰਬ ਗਲਾਉਣ ਦਾ, ਤਾਂ ਕਿ ਅੰਬ ਅੱਛੀ ਤਰੀਕੇ ਦੇ ਨਾਲ ਗਲ ਜਾਣ। ਔਰ ਅੰਬ ਲੈਂਦੇ ਹੋਏ, ਖਰੀਦਦੇ ਹੋਏ, ਜਿਹੜਾ ਅਸੀਂ ਜੈਮ ਲਈ ਅੰਬ ਲੈਣੇ ਆ, ਉਹ ਤੁਸੀਂ ਮਿੱਠੇ ਅੰਬ ਲੈਣੇ ਆ ਤਾਂ ਕਿ ਚੈੱਕ ਕਰਕੇ, ਕਿਉਂਕਿ ਅਗਰ ਅਸੀਂ ਖੱਟੇ ਅੰਬ ਲਵਾਂਗੇ ਤਾਂ ਉਹਦੇ ਵਿੱਚ ਚੀਨੀ ਬਹੁਤ ਜ਼ਿਆਦਾ ਯੂਜ਼ ਹੋਣੀ ਆ, ਔਰ ਇਤਨੀ ਜ਼ਿਆਦਾ ਜਿਹੜਾ ਨਾ ਉਹ ਮਿੱਠੇ ਨਹੀਂ ਹੁੰਦੇ, ਔਰ ਬੱਚੇ ਜੈਮ ਬੜੇ ਹੀ ਸ਼ੌਕ ਨਾਲ ਖਾਂਦੇ ਆ, ਇਸ ਲਈ ਬੱਚਿਆਂ ਦੇ ਗਲੇ ਵਗੈਰਾ ਨਾ ਖਰਾਬ ਹੋਣ ਅਤੇ ਮੈਂ ਜਿਹੜਾ ਨਾ ਅੰਬ ਥੋੜ੍ਹੇ ਮਿੱਠੇ ਹੀ ਲਏ ਸੀਗੇ। ਜੇ ਅੰਬਾਂ ਦਾ ਮਿੱਠਾ ਅਚਾਰ ਅਸੀਂ ਡਾਲੀਦਾ ਆ, ਉਹ ਵਾਲੇ ਅੰਬ ਜਿਹੜੇ ਨਾ ਲੈਣੇ ਆ, ਤੁਸੀਂ ਜਦੋਂ ਅੰਬ ਖਰੀਦਣੇ ਆ ਤਾਂ ਚੈੱਕ ਕਰਕੇ ਦੇਖ ਲੈਣੇ ਕਿ ਅੰਬ ਜ਼ਿਆਦਾ ਖੱਟੇ ਨਾ ਹੋਣ। ਔਰ ਉਸ ਤੋਂ ਬਾਅਦ ਜਦੋਂ ਦੇਖ ਰਹੇ ਹੋ ਕਿ ਅੰਬ ਗਲ ਗਏ ਸੀ ਸਾਰੇ, ਔਰ ਇਹਨੂੰ ਅੱਛੀ ਤਰ੍ਹਾਂ ਮੈਂ ਮੈਸ਼ ਕਰ ਲਿਆ ਸੀ, ਮੈਸ਼ ਕਰਨ ਤੋਂ ਬਾਅਦ ਇਹਦੇ ਵਿੱਚ ਚੀਨੀ ਐਡ ਕੀਤੀ ਆ, ਅਤੇ ਚੀਨੀ ਜਿਹੜੀ ਆ ਨਾ ਮੈਂ 1 ਕਿਲੋ ਅੰਬ ਸੀਗੇ ਅਤੇ 3 ਪਾਈਆ ਚੀਨੀ ਐਡ ਕੀਤੀ ਆ। ਔਰ ਅਗਰ ਤੁਹਾਨੂੰ ਲੱਗੇ ਕਿ ਚੀਨੀ ਇਹਦੇ ਵਿੱਚ ਕਮ ਆ ਔਰ ਖੱਟੇ ਅੰਬ ਥੋੜ੍ਹੇ ਅੰਬ ਜ਼ਿਆਦਾ ਖੱਟੇ ਆ, ਤਾਂ ਫਿਰ ਤੁਸੀਂ ਚੀਨੀ ਥੋੜ੍ਹੀ ਜਿਹੀ ਹੋਰ ਐਡ ਕਰ ਸਕਦੇ ਆ। ਲੇਕਿਨ ਜਿਹੜਾ ਨਾ ਮੈਂ 1 ਕਿਲੋ ਦੇ ਵਿੱਚ 3 ਪਾਈਆ ਚੀਨੀ ਐਡ ਕੀਤੀ ਸੀ, ਕਿਉਂਕਿ ਅੰਬ ਥੋੜ੍ਹੇ ਮਿੱਠੇ ਸੀਗੇ, ਔਰ ਇਤਨਾ ਮਜ਼ੇਦਾਰ ਟੇਸਟੀ ਜਿਹੜਾ ਨਾ ਜੈਮ ਤੁਸੀਂ ਘਰ ਤਿਆਰ ਕਰ ਸਕਦੇ, ਆਸਾਨੀ ਦੇ ਨਾਲ ਤਿਆਰ ਹੋ ਜਾਂਦਾ, ਇਤਨਾ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ, ਔਰ ਬੜਾ ਹੀ ਟੇਸਟੀ ਔਰ ਮਜ਼ੇਦਾਰ ਹੁੰਦਾ। ਔਰ ਇਹਦੇ ਵਿੱਚ ਜਿਹੜਾ ਨਾ ਮੈਂ ਥੋੜ੍ਹਾ ਜਿਹਾ ਸਿਰਕਾ ਵੀ ਐਡ ਕੀਤਾ ਸੀ, ਟੇਸਟ ਦੇ ਅਕੋਰਡਿੰਗ ਸਿਰਕੇ ਨੂੰ ਕਮ ਜਾਂ ਜ਼ਿਆਦਾ ਤੁਸੀਂ ਕਰ ਸਕਦੇ ਆ। ਅਗਰ ਤੁਸੀਂ ਚਾਹੋ ਤਾਂ ਇਹਨੂੰ ਜਿਹੜਾ ਨਾ ਕਮ ਡਾਲ ਲਵੋ, ਔਰ ਅਗਰ ਜ਼ਿਆਦਾ ਥੋੜ੍ਹਾ ਖੱਟਾ ਕਰਨਾ ਚਾਹੁੰਦੇ ਆ ਤਾਂ ਇਹਨੂੰ ਜਿਹੜਾ ਨਾ ਜੈਮ ਦੇ ਵਿੱਚ ਸਿਰਕਾ ਥੋੜ੍ਹਾ ਜਿਹਾ ਜ਼ਿਆਦਾ ਕਰ ਦਿਓ। ਲੇਕਿਨ ਮੈਂ ਤਕਰੀਬਨ ਇਹਦੇ ਵਿੱਚ ਜਿਹੜਾ ਨਾ ਹਾਫ ਕੱਪ ਜਿਹੜਾ ਸਿਰਕਾ ਐਡ ਕੀਤਾ ਸੀਗਾ, ਆਮ ਜਿਹੜਾ ਸਿਰਕਾ ਅਸੀਂ ਖਾਈਦਾ ਉਹੀ ਵਾਲਾ ਸਿਰਕਾ ਇਹਦੇ ਵਿੱਚ ਮੈਂ ਐਡ ਕੀਤਾ ਆ, ਔਰ ਸਿਰਕੇ ਦੀ ਵਜ੍ਹਾ ਤੋਂ ਜਿਹੜਾ ਨਾ ਸਾਡੇ ਜਿਹੜਾ ਜੈਮ ਹੈ ਇਹ ਖਰਾਬ ਨਹੀਂ ਹੁੰਦਾ। ਇਹਨੂੰ ਫ੍ਰੀਜ਼ ਕਰਕੇ ਤੁਸੀਂ ਜਿਤਨੇ ਮਾਲ ਜਿਹੜਾ ਨਾ ਤੁਸੀਂ ਯੂਜ਼ ਕਰਨਾ ਚਾਹੋ ਯੂਜ਼ ਕਰ ਸਕਦੇ ਆ। ਅਤੇ ਹੁਣ ਇਹਨੂੰ ਅੱਛੀ ਤਰ੍ਹਾਂ ਮੈਂ ਮੈਸ਼ ਕਰ ਲਿਆ, ਚੀਨੀ ਵਿੱਚ ਸਾਰੀ ਇਹਦੀ ਮੈਲਟ ਹੋ ਗਈ ਆ, ਪਿਘਲ ਗਈ ਆ, ਔਰ ਉਸ ਤੋਂ ਬਾਅਦ ਇਹਨੂੰ ਮੈਂ ਠੰਡਾ ਹੋਣ ਲਈ ਰੱਖ ਦਿੱਤਾ ਸੀ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿਤਨਾ ਅੱਛਾ ਬਣਿਆ ਆ। ਅਗਰ ਇਹਨੂੰ ਮੈਂ ਜ਼ਿਆਦਾ ਥਿੱਕ ਕਰਕੇ ਉਤਾਰਦੀ ਅਤੇ ਜਦੋਂ ਠੰਡਾ ਹੋਣਾ ਸੀ ਤਾਂ ਬਹੁਤ ਜ਼ਿਆਦਾ ਹਾਰਡ ਹੋ ਜਾਣਾ ਸੀ, ਇਸ ਲਈ ਜਿਹੜਾ ਨਾ ਜਦੋਂ ਥੋੜ੍ਹਾ ਪਤਲਾ ਲੱਗੇ ਤੁਹਾਨੂੰ ਕਿ ਅਜੇ ਥੋੜ੍ਹਾ ਥੋੜ੍ਹਾ ਪਤਲਾ ਆ, ਅਤੇ ਤੁਸੀਂ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਸੀ ਐਂਡ 'ਤੇ ਵੀਡੀਓ ਦੇ, ਇਸੇ ਤਰੀਕੇ ਦਾ ਅਗਰ ਪਤਲਾ ਪਤਲਾ ਹੋਊਗਾ ਤਾਂ ਤੁਸੀਂ ਇਹਨੂੰ ਉਤਾਰ ਲੈਣਾ ਆ, ਔਰ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਇਸ ਸ਼ਕਲ ਦੇ ਵਿੱਚ, ਜਿਸ ਸ਼ਕਲ ਦੇ ਵਿੱਚ ਤੁਹਾਨੂੰ ਮੈਂ ਦਿਖਾ ਰਹੀ ਹਾਂ, ਜੈਮ ਸਾਡਾ ਬਣ ਕੇ ਤਿਆਰ ਹੋ ਜਾਏਗਾ। ਅਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਆਏ ਮੇਰੇ ਚੈਨਲ 'ਤੇ, ਪਹਿਲੀ ਦਫ਼ਾ ਮੇਰੀ ਵੀਡੀਓ ਦੇਖ ਰਹੇ ਆ, ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ, ਔਰ ਬੈਲ ਆਈਕਾਨ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ
ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਔਰ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੈ ਜੈਮ ਦੀ, ਅਤੇ ਤੁਸੀਂ ਇਹਨੂੰ ਲਾਈਕ ਵੀ ਕਰ ਦੇਣਾ ਮੇਰੀ ਵੀਡੀਓ ਨੂੰ, ਔਰ ਆਪਣੀ ਬਾਕੀ ਭੈਣਾਂ ਨਾਲ ਇਹਦੀ ਰੈਸਿਪੀ ਸ਼ੇਅਰ ਵੀ ਕਰਨਾ, ਕਿਉਂਕਿ ਸੀਜ਼ਨ 'ਚ ਆ ਰਿਹਾ ਆਮਦਾ ਔਰ ਆਸਾਨੀ ਦੇ ਨਾਲ ਮਿਲ ਜਾਂਦੇ ਆ, ਔਰ ਇਤਨਾ ਟੇਸਟੀ ਔਰ ਮਜ਼ੇਦਾਰ ਫਰੈਸ਼ ਬਿਲਕੁਲ ਜੈਮ ਜਿਹੜਾ ਨਾ ਤੁਸੀਂ ਘਰ ਆਪਣੇ ਆਪਣੇ ਲਈ ਔਰ ਆਪਣੇ ਬੱਚਿਆਂ ਲਈ ਤਿਆਰ ਕਰਕੇ ਰੱਖ ਸਕਦੇ ਹਾਂ। ਅਤੇ ਜਿਹੜਾ ਨਾ ਹੁਣ ਮੈਂ ਤੁਹਾਨੂੰ ਇਹਦੇ ਪੀਸ ਕੱਟ ਕੇ ਦਿਖਾਉਂਦੀ ਹਾਂ ਕਿ ਕਿਤਨਾ ਅੱਛਾ ਲੱਗ ਰਿਹਾ ਆ, ਔਰ ਬੜਾ ਹੀ ਟੇਸਟੀ ਔਰ ਮਜ਼ੇਦਾਰ ਬਣਿਆ ਸੀਗਾ। ਘਰ ਬਣਾ ਕੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਅਤੇ ਮੈਨੂੰ ਫੀਡਬੈਕ ਦਿਓ, ਮੇਰੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਅੰਬ ਦੇ ਜੈਮ ਦੀ ਰੈਸਿਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ। ਮੈਨੂੰ ਦਿਓ ਤੁਸੀਂ ਹੁਣ ਇਜਾਜ਼ਤ, ਇਨਸ਼ਾਅੱਲਾ ਤਾਲਾ ਮੈਂ ਆਪਣੀ ਨੈਕਸਟ ਵੀਡੀਓ ਦੇ ਨਾਲ ਜਲਦੀ ਤੁਹਾਡੀ ਖਿਦਮਤ 'ਚ ਹਾਜ਼ਰ ਹੋਊਂਗੀ। ਦੁਆਵਾਂ 'ਚ ਮੈਨੂੰ ਯਾਦ ਰੱਖਿਓ ਮੇਰੇ ਲਈ ਹੁਣ। ਅੱਲਾਹ ਹਾਫਿਜ਼।